ਵਾਹਿ ਖਾਲਸਾ ਵਾਹਿ ਫਤਿਹ। ਮਨ ਕੀ ਬਾਤ ਵਿੱਚ ਮੇਰਾ ਅੱਜ ਦਾ ਵਿਸ਼ਾ ਹੈ ਅੱਛੇ ਦਿਨ ਆਏਗੇ। ਮੋਦੀ ਨੇ ਕਿਸੇ ਵੇਲੇ ਬਕਵਾਸ ਕੀਤੀ ਸੀ ਕਿ ਅੱਛੇ ਦਿਨ ਆਏਗੇ, ਪਰ ਇਹ ਇੰਨੇ ਬੁਰੇ ਅਤੇ ਮਹਿੰਗਾਈ ਵਾਲੇ ਦਿਨ ਆ ਗਏ ਨੇ। ਗਰੀਬ ਆਦਮੀ ਦਾ ਜੀਣਾ ਮੁਹਾਲ ਹੋਇਆ ਪਿਆ। ਅੱਜ ਮੈਂ ਦੁੱਧ ਲੈਣ ਗਿਆ ਸੀ ਸੋਈ ਡੈਰੀ ਤੇ, ਉਹਦੇ ਰੇਟ ਵੱਲ ਧਿਆਨ ਨਹੀਂ ਸੀ ਦਿੱਤਾ। ਹਮੇਸ਼ਾ ਦੁੱਧ ਲਿਆਈਦਾ ਸੀ 55 ਰੁਪਏ ਕਿਲੋ, ਅਤੇ ਅੱਜ ਸੀ ਉੱਥੇ 64 ਰੁਪਏ ਕਿਲੋ। ਅਤੇ ਹੁਣੇ ਦੀਪਕ ਹੋਸਪਿਟਲ ਦੇ ਬਾਹਰੋਂ ਗੰਨੇ ਦਾ ਰਸ ਪੀਤਾ, ਪਿਛਲੇ ਕਾਫੀ ਅਰਸੇ ਤੋਂ 20 ਰੁਪਏ ਰੇਟ ਸੀ, ਅੱਜ 30 ਰੁਪਏ। ਅਤੇ ਅੱਜ ਸਿਰ ਅਖਬਾਰ ਹੀ ਪੜ੍ਹੀ, ਯੂਕਰੇਨ ਅਤੇ ਰਸ਼ੀਆ ਦੀ ਲੜਾਈ ਕਰਕੇ ਮਹਿੰਗਾਈ ਸਿਖਰਾਂ 'ਤੇ ਪਹੁੰਚ ਗਈ ਹੈ। ਰਸ਼ੀਆ ਅਤੇ ਯੂਕਰੇਨ ਦਾ ਦਗਵਾਨਾ ਮਹਿੰਗਾਈ ਦੀ ਸਿਖਰਾਂ ਦਾ ਕਾਰਨ ਮੈਂਟਲ ਕੁੱਤਾ ਮੋਦੀ ਜਾਂ ਅੰਬਾਨੀ ਕੁੱਤੇ, ਖੱਟਰ ਕੁੱਤੇ, ਯੋਗੀ ਕੁੱਤੇ, ਇਹਨਾਂ ਕੰਜਰਾਂ ਦੇ ਘਰ ਪੈਸਾ ਜਾ ਰਿਹਾ। ਕਦੇ ਨੋਟਬੰਦੀ, ਕਦੇ GST, ਅਤੇ ਕਦੇ ਕੁਛ। ਅਤੇ ਜਿਹੜਾ ਬੰਦਾ ਚਾਹ ਦਾ ਖੋਖਾ ਲਾਉਂਦਾ ਹੋਵੇ, ਵਿਚਾਰਨ ਕੀ ਪਤਾ ਦੇਸ਼ ਕਿਵੇਂ ਚਲਾਉਣਾ। ਸੋ ਸਾਰੇ ਦੇਸ਼ ਦੇ ਨੇਗਰ, ਹਿੰਦੂ, ਸਿੱਖ, ਮੁਸਲਮਾਨ, ਜੈਨੀ, ਬੋਧੀ, ਪਾਰਸੀ, ਸਾਰੇ ਇਕੱਠੇ ਹੋ ਕੇ ਮੋਦੀ ਨੂੰ ਘੇਰ ਲਓ ਅਤੇ ਉਹਨੂੰ ਇੱਕ ਥੱਪੜ ਲਾ ਦਿਓ। ਮਾਰਨਾ ਨਹੀਂ, ਫਿਰ ਮਾਰਨਾ ਕਿਉਂ, ਨੱਚਣਾ ਠੀਕ ਨਹੀਂ ਹੁੰਦਾ। ਕੋਈ ਜੀਣ ਦਾ ਅਧਿਕਾਰ ਮੈਂਟਲਾਂ ਨੂੰ ਵੀ ਹੁੰਦਾ, ਅਤੇ ਉਹ ਜਿਹੜਾ ਥੱਪੜ ਉਹਨੂੰ ਪੈਣਾ ਵੀ ਘੱਸ ਘੱਸ ਕੇ ਉਹਦੀ ਬੁੱਧੀ ਲਾਲ ਹੋਈ ਨਹੀਂ। ਅਤੇ ਇਹਦੇ ਨਾਲ ਅਕਲ ਸ਼ਾਇਦ ਆ ਜਾਵੇ, ਪਰ ਜੇ ਨਾ ਵੀ ਆਵੇ ਪਰ ਪਾਪੀ ਨੂੰ ਸਜ਼ਾ ਤਾਂ ਮਿਲਣੀ ਚਾਹੀਦੀ। ਗੁਰਬਾਣੀ 'ਚ ਲਿਖਿਆ, ਪਾਪੀ ਕੋ ਦੰਡ ਦੀ ਹੋ ਰਹੀ, ਪਾਪੀ ਕੋ ਦੰਡ ਦੀ ਹੋ ਰਹੀ, ਪਾਪੀ ਕੋ ਦੰਡ ਦੀ ਹੋ ਰਹੀ।